ਹਿੰਦੀ ਪੜ੍ਹਨ ਜਾ ਰਹੇ ਹਾਂ। ਸਾਰੇ ਬੱਚਿਆਂ ਨੇ ਮੇਰੇ ਮਗਰ ਬੋਲਣਾ ਹੈ। ਬੋਲੋ, ਇੱਕ ਦਾ ਏਕਾ, ਦਸ ਚਾਰ ਚੌਦਾਂ, ਦਸ ਪੰਜ ਪੰਦਰਾਂ, ਵੀਹ ਚਾਰ ਚੌਵੀ, ਵੀਹ ਸੱਤ ਸਤਾਈ, ਤੀਏ ਬਿੰਦੀ ਤੀਹ, ਤੀਹ ਚਾਰ ਚੌਂਤੀ, ਤੀਹ ਪੰਜ ਪੈਂਤੀ, ਤੀਹ ਸੱਤ ਸੈਂਤੀ, ਤਿੰਨ ਦਾ ਤੀਆ, ਦਸ ਦੋ ਬਾਰਾਂ, ਦਸ ਸੱਤ ਸਤਾਰਾਂ, ਵੀਹ ਦੋ ਬਾਈ, ਵੀਹ ਨੌ ਉਨੱਤੀ, ਵੀਹ ਅੱਠ ਅਠਾਈ, ਤੀਹ ਛੇ ਛੱਤੀ, ਤੀਹ ਅੱਠ ਅਠੱਤੀ, ਤੀਹ ਨੌ ਉਨਤਾਲੀ, ਪੰਜ ਦਾ ਪੰਜ, ਇੱਕ ਬਿੰਦੀ ਦਸ, ਦਸ ਨੌ ਉੱਨੀ, ਦੂਏ ਬਿੰਦੀ ਵੀਹ, ਤੀਹ ਇੱਕ ਇਕੱਤੀ, ਵੀਹ ਛੇ ਛੱਬੀ, ਪੰਜਾਹ ਪੰਜ ਪਚਵੰਜਾ, ਚੌਂਕੇ ਬਿੰਦੀ ਚਾਲੀ, ਚਾਲੀ ਇੱਕ ਇਕਤਾਲੀ, ਸੱਤ ਦਾ ਸਾਤਾ, ਅੱਠ ਦਾ ਆਠਾ, ਵੀਹ ਇੱਕ ਇੱਕੀ। ਸਾਰੇ ਬੱਚੇ ਬੋਲੋ, ਦਸ ਅੱਠ ਅਠਾਰਾਂ, ਤੀਹ ਤਿੰਨ ਤੇਤੀ, ਪੰਜਾਹ ਦੋ ਬਵੰਜਾ, ਪੰਜਾਹ ਤਿੰਨ ਤਰਵੰਜਾ, ਚਾਲੀ ਦੋ ਬਿਆਲੀ, ਚਾਲੀ ਤਿੰਨ ਤਰਤਾਲੀ। ਸਾਰੇ ਬੱਚੇ ਬੋਲੋ, ਨੌ ਦਾ ਨਾਂ ਆ। ਸਾਰੇ ਬੱਚੇ ਬੋਲੋ, ਗੱਲਾਂ ਨਹੀਂ ਕਰਨੀਆਂ, ਵੰਸ਼ ਸਿੱਡਾ। ਛੇ ਦਾ ਸਿੱਕਾ, ਵੀਹ ਤਿੰਨ ਤੇਈ, ਦਸ ਛੇ ਸੋਲ੍ਹਾਂ, ਪੰਜਾਹ ਤਿੰਨ ਤਰਵੰਜਾ, ਪੰਜ ਬਿੰਦੀ ਪੰਜਾਹ, ਪੰਜਾਹ ਇੱਕ ਇਕਵੰਜਾ, ਚਾਲੀ ਚਾਰ ਚੁਤਾਲੀ, ਚਾਲੀ ਪੰਜ ਪੰਤਾਲੀ, ਦਸ ਇੱਕ ਗਿਆਰਾਂ, ਚਾਰ ਦਾ ਚੌਂਕਾ, ਵੀਹ ਪੰਜ ਪੱਚੀ, ਪੰਜਾਹ ਚਾਰ ਪੰਜਾਹ ਪੰਜ ਪਚਵੰਜਾ, ਪੰਜਾਹ ਚਾਰ ਚੁਰੰਜਾ, ਚਾਲੀ ਅੱਠ ਅਠਤਾਲੀ, ਚਾਲੀ ਨੌ ਉਣੰਜਾ, ਚਾਲੀ ਛੇ ਛਿਆਲੀ, ਚਾਲੀ ਸੱਤ ਸੰਤਾਲੀ, ਦਸ ਤਿੰਨ ਤੇਰਾਂ, ਦੋ ਦਾ ਦੂਆ। ਤਾਂ ਬੇਟਾ ਇਹ ਸੀ ਟੋਕਵੀਂ ਗਿਣਤੀ। ਆਪਾਂ ਪਚਵੰਜਾ ਤੱਕ ਟੋਕਵੀਂ ਗਿਣਤੀ ਲਿਖੀ ਹੈ ਅੱਜ। ਤਾਂ ਸਾਰੇ ਬੱਚਿਆਂ ਨੇ ਕੱਲ੍ਹ ਨੂੰ ਇਹ ਘਰੋਂ ਯਾਦ ਕਰਕੇ ਆਉਣੀ ਹੈ। ਯਾਦ ਕਰਕੇ ਆਉਂਗੇ ਨਾ? ਹਾਂ, ਅਤੇ ਯਾਦ ਕਰਨ ਦੇ ਲਈ ਤੁਹਾਨੂੰ ਇਹ ਵੀਡੀਓ ਦੇਖਣੀ ਪਏਗੀ। ਆਪਣੀ ਵੀਡੀਓ ਕਿਹੜੇ ਚੈਨਲ 'ਤੇ ਦੇਖ ਸਕਦੇ ਹਾਂ? ਆਪਣੇ ਚੈਨਲ ਦਾ ਨਾਮ ਕੀ ਹੈ? ਯੈਸ, ਮਲਟੀ ਲਰਨਿੰਗ।